ਹਾਂਜੀ ਸਤਿ ਸ੍ਰੀ ਅਕਾਲ ਵੀ ਸਾਰੇ ਨੂੰ ਕਿਵੇਂ ਹੋ ਸਾਰੇ ਠੀਕ ਠਾਕ ਆਈ ਹੋਪ ਤੁਹਾਡੀ ਸਟੱਡੀ ਬਹੁਤ ਅੱਛੀ ਚੱਲ ਰਹੀ ਹੋ ਗੈਣਾ ਸੋ ਰਾਜੇ ਅੱਜ ਆਪਣਾ ਜਿਹੜਾ ਮੌਕ ਟੈਸਟ ਨੰਬਰ ਆਪਣਾ ਹੈਗਾ 7th ਓਕੇ ਸੋ ਇਸ ਤੋਂ ਪਹਿਲਾਂ ਆਪਾਂ 6 ਮੌਕ ਟੈਸਟ ਆਪਾਂ ਕਰ ਚੁੱਕੇ ਆ ਸੋ ਮੇ ਜਿਹੜੇ ਮੌਕ ਟੈਸਟ ਹੁੰਦੇ ਨੇ ਨਾ ਇਹ ਕੁਆਲਿਟੀ ਆਫ ਕੁਐਸਚਨ ਹੁੰਦੇ ਨੇ ਦੇਖੋ ਮੈਂ ਹੁਣ ਕਿੰਨੇ ਕੁ ਕੁਐਸਚਨ ਤੁਹਾਨੂੰ ਬਣਾਵੜਾ ਕੇ ਲੈ ਕੇ ਆਵਾ ਹਨਾ ਸੋ ਬਿਲਕੁਲ ਆਥੈਂਟਿਕਲ ਕੁਐਸਚਨ ਹੁੰਦੇ ਨੇ ਇਸ ਕਰਕੇ ਕੁਆਲਿਟੀ ਆਫ ਕੁਐਸਚਨ ਹੁੰਦੇ ਨੇ ਇੱਕ ਤਾਂ ਕਰਕੇ ਕੁਐਸਚਨ ਥੋੜੇ ਜਿ ਘੱਟ ਬੰਦੇ ਨੇ ਪਰ ਆਪਾਂ ਉਹਦੇ ਵਿੱਚ ਹੀ ਬਹੁਤ ਸਾਰੀ ਇਨਫੋਰਮੇਸ਼ਨ ਆਪਾਂ ਡਿਸਕਸ ਕਰ ਲੈਣੇ ਆ ਠੀਕ ਹੈ ਸੋ ਜਿਹੜਾ ਮੌਕ ਟੈਸਟ ਹੁੰਦਾ ਨਾ ਇਹ 10 ਕੀ ਹੁੰਦੇ ਹੁੰਦੇ ਨੇ ਜਿਆਦਾ ਤੋਂ ਜਿਆਦਾ ਉਸ ਤੋਂ ਬਾਅਦ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿ ਇਹੋ ਜਿਹੇ ਕੁਐਸਚਨ ਚੱਕਣੇ ਪੈ ਜਾਂਦੇ ਨੇ ਮੌਕ ਟੈਸਟ ਦੀ ਮਜਬੂਰੀ ਜੀ ਬਣ ਜਾਂਦੀ ਹੈ ਹਨਾ ਕਿ ਆਪਾਂ ਵੀਡੀਓ ਲੈ ਕੇ ਆਉਣੀ ਆ ਸੋ ਇਹ ਨਾ ਤੁਸੀਂ ਸੋਚਿਆ ਕਰੋ ਕਿ ਕੁਐਸਚਨ ਘੱਟ ਨੇ ਜੇ ਉਹ ਤੁਸੀਂ ਬਸ ਸਿਰਫ ਤੇ ਸਿਰਫ ਆਪਣੀ ਕੁਆਲਿਟੀ ਆਫ ਕੁਐਸਚਨ ਤੇ ਤੁਸੀਂ ਡਿਪੈਂਡ ਕਰਨਾ ਹੈ ਓਕੇ ਸੋ ਪੇਪਰ ਲਈ ਬਹੁਤ ਜ਼ਰੂਰੀ ਹੈ ਆਪਣੇ 40 ਮਾਰਕਸ ਦਾ ਜਿਹੜਾ ਆਪਣਾ ਐਸਐਸਟੀ ਹੈ ਉਹਦੇ ਲਈ ਫੋਕਸ ਹੋਊਗੀ ਸੋ ਇਹ ਜਿਹੜੀ ਆਪਾਂ ਤੁਹਾਨੂੰ ਸਭ ਨੂੰ ਮੈਂ ਦੱਸ ਦੇਣਾ ਚਾਹਣਾ ਜਿਹੜੇ ਬੱਚੇ ਨਵੇਂ ਨੇ ਜਾਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਨੇ ਹਨਾ ਸੋ ਆਪਣੀ ਫੈਮਿਲੀ ਵਿੱਚ ਦਿਨ ਦਿਨ ਵਾਧਾ ਹੋ ਰਿਹਾ ਸੋ ਸਭ ਦੀ ਮਿਹਰਬਾਨੀ ਹੈ ਨਾ ਸੋ ਤੁਹਾਨੂੰ ਨਾ ਮੈਂ ਐਸਐਸਸੀ ਦੀ ਇੱਕ ਨਾ ਇੱਕ ਤੁਹਾਨੂੰ ਨਾ ਇੱਕ ਬਿਲਕੁਲ ਵਧੀਆ ਇੱਕ ਪਲੇਲਿਸਟ ਬਣਾ ਕੇ ਤਿਆਰ ਕਰਤੀ ਠੀਕ ਹੈ ਸੋ ਇਹਦੇ ਵਿੱਚ ਹੀ ਤੁਹਾਨੂੰ ਪੋਲਿਟੀ ਫਿਰ ਜੀਓਗ੍ਰਾਫੀ ਹਿਸਟਰੀ ਫਿਰ ਜੀਓਗ੍ਰਾਫੀ ਫਿਰ ਇਕਨੋਮਿਕਸ ਦੇ ਵੀਡੀਓਜ਼ ਮਿਲ ਜਾਣਗੇ ਸੋ ਤੁਸੀਂ ਇੰਜੋਏ ਕਰਿਓ ਤੇ ਫਿਰ denn ਆਪਾਂ ਜਿਹੜੇ ਆਪਾਂ ਮੌਕ ਟੈਸਟ ਆਪਾਂ ਕਰੀ ਰਹੇ ਆ ਤੁਸੀਂ ਇੱਥੋਂ ਤੁਸੀਂ ਟਰਾਈ ਕਰ ਸਕਦੇ ਹੋ ਤੁਸੀਂ ਮੌਕ ਟੈਸਟ ਲਾ ਕੇ ਤੇ ਪ੍ਰੀਵੀਅਸ ਇਅਰ ਤੁਸੀਂ ਕੁਐਸਚਨ ਦੇਖ ਲਿਓ ਓਕੇ ਸੋ ਇਹਦੇ ਨੀਚੇ ਨਾ ਇੱਕ ਤੁਸੀਂ ਥੋੜੀ ਜਿਹੀ ਮਰੀ ਇਨਫੋਰਮੇਸ਼ਨ ਦੇ ਦਿੰਨਾ ਸੋ ਇੱਕ WhatsApp ਗਰੁੱਪ ਆ ਜਿਹੜਾ ਮੈਂ ਲਿੰਕ ਦੇਊਗਾ ਠੀਕ ਹੈ ਸੋ ਲਿੰਕ ਉਹ ਕਿੰਨਾ ਵਾਸਤੇ ਹੈ ਜੋ ਆਪਣੇ ਜਿਵੇਂ ਅੱਜ ਪਟਵਾਰੀ ਦਾ ਨੋਟੀਫਿਕੇਸ਼ਨ ਆ ਗਿਆ ਪੰਜਾਬ ਪੁਲਿਸ ਦੇ ਫਾਰਮ ਤਿਆਰ ਹੋ ਗਏ ਜਾਂ ਕਲਰਕ ਲਈ ਜੀਕੇ ਕਰਨਾ ਚਾਹੁੰਦੇ ਨੇ ਹਨਾ ਸੋ ਉਹਨਾਂ ਵਾਸਤੇ ਜੀਕੇ ਲਈ ਆਪਾਂ ਇੱਕ ਫਰੈਸ਼ ਫਰੈਸ਼ ਜਿਹੜੀ ਆਪਾਂ MCQ ਕੁਆਲਿਟੀ ਆਫ ਕੁਐਸਚਨ ਜਿਹੜੀ ਆਪਾਂ ਸ਼ੁਰੂ ਕਰਨ ਲੱਗੇ ਆ ਹਾਈ ਲੈਵਲ ਥੋੜੀ ਜੀ ਆਪਾਂ ਉਹਨਾਂ ਨੂੰ ਫੋਕਸ ਕਰਾਂਗੇ ਸੋ ਉਹਦੇ ਲਈ ਮੈਂ WhatsApp ਦਾ ਗਰੁੱਪ ਦਿੱਤਾ ਤਾਂ ਜੋ ਉਹਦੇ ਵਿੱਚ ਨਾ ਡਿਸਕਸ਼ਨ ਕਰ ਲਈਦੇ ਬੰਦਾ ਵੀ ਕਦੋਂ ਲਾਈਵ ਹੋਊਗਾ ਹਨਾ ਜਾਂ ਲਾਈਵ ਲਈ ਜਾਂ ਹੋਰ ਵੀ ਕੋਈ ਪੀਡੀਐਫ ਵਗੈਰਾ ਸ਼ੇਅਰ ਕਰਨੀ ਹੈ ਹਨਾ ਸੋ ਤੁਸੀਂ ਕਰ ਸਕਦੇ ਹੋ Telegram ਵੀ ਤੁਸੀਂ ਜੁਆਇਨ ਕਰ ਸਕਦੇ ਹੋ ਔਰ ਮੈਂ ਇਹਦੇ ਲਈ ਇੱਕ ਬਿਲਕੁਲ ਵਧੀਆ ਤਰੀਕੇ ਨਾਲ ਇੱਕ ਵੱਖਰੀ ਵੀਡੀਓ ਲੈ ਕੇ ਆਉਂਗਾ ਜੀ ਜਿਹਦੇ ਵਿੱਚ ਸਾਰੀ ਇਨਫੋਰਮੇਸ਼ਨ ਦਊਂਗਾ ਵੀ ਆਪਾਂ ਕਿਵੇਂ ਸਿਲੇਬਸ ਨੂੰ ਕਵਰ ਕਰਨਾ ਹੈ ਕਿੱਥੋਂ ਕਰਨਾ ਹਨਾ ਸੋ ਤੁਸੀਂ ਇਸ ਗੱਲ ਚਿੰਤਨ ਨਹੀਂ ਕਰਨੀ ਆਪਣੇ ਤੁਸੀਂ ਯਾਰਾਂ ਦੋਸਤਾਂ ਮਿੱਤਰਾਂ ਨੂੰ ਦਨ ਆਪਾ ਆਪਾ ਅੱਜ ਦਾ ਆਪਾਂ ਜਿਹੜਾ ਟਾਰਗੇਟ ਆਪਣਾ ਜਿਹੜੇ ਕੁਐਸਚਨ ਆਪਾਂ ਕਰਦੇ ਆ ਐਸਐਸਟੀ ਦੇ ਠੀਕ ਹੈ ਸੋ ਦੇਖੋ ਧਿਆਨ ਰੱਖਿਓ ਹੁਣ ਉਹ ਕਹਿੰਦਾ ਕਿ ਭਾਰਤ ਦੇ ਕਿਸ ਰਾਜ ਵਿੱਚ ਜਿਹੜੀ ਜਨਸੰਖਿਆ ਹੈ ਨਾ ਉਹ ਸਭ ਤੋਂ ਘੱਟ ਪਾਈ ਜਾਂਦੀ ਹੈ ਦੇਖੋ ਜਦੋਂ ਵੀ ਜਨਸੰਖਿਆ ਦਾ ਕੁਐਸਚਨ ਆ ਗਿਆ ਆਪਾਂ ਦੇਖਾਂਗੇ 2011 ਨੂੰ ਠੀਕ ਹੈ ਕਿਉਂਕਿ 2011 ਦੇ ਵਿੱਚ ਜਨਸੰਖਿਆ ਦੀ ਕਾਊਂਟਿੰਗ ਹੋਈ ਸੀ ਜੇਕਰ ਮੈਂ ਗੱਲ ਕਰੂੰਗਾ ਅੱਜ ਦੀ 2022 ਦੀ ਬਿਲਕੁਲ ਕੁਐਸਚਨ ਗਲਤ ਹੋ ਜਾਊਗਾ ਠੀਕ ਹੈ ਸੋ ਹੁਣ ਤਾਂ ਜਿਵੇਂ ਰੋਹਚਕ ਪ੍ਰਦੇਸ਼ ਵਰਗੇ ਆ ਰਹੇ ਨੇ ਅੱਗੇ ਹਨਾ ਸੋ ਨਹੀਂ ਆਪਾਂ ਦੇਖਾਂਗੇ 2011 ਨੂੰ ਸੋ 2011 ਦੇ ਵਿੱਚ ਕਿਹੜਾ ਸੀਗਾ ਸੋ 2011 ਦੇ ਵਿੱਚ ਪਾਇਆ ਜਾਂਦਾ ਇਹਦੇ ਵਿੱਚ ਜਿਹੜਾ ਪਾਇਆ ਜਾਂਦਾ ਰਾਜ ਸਿੱਕੀਮ ਪਾਇਆ ਜਾਂਦਾ ਓਕੇ ਸੋ ਸਿੱਕੀਮ ਦੇ ਅੰਦਰ ਸਭ ਤੋਂ ਘੱਟ ਜਨਸੰਖਿਆ ਪਾਈ ਜਾਂਦੀ ਹੈ 2011 ਦੇ ਅਕੋਰਡਿੰਗ ਅੱਜ ਤੋਂ 10-12 ਸਾਲ ਪਹਿਲਾਂ ਦੀ ਗੱਲ ਹੈ ਹਨਾ ਸੋ ਸਭ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਹਨਾ ਠੀਕ ਹੈ ਯੂਪੀ ਸੋ ਯੂਪੀ ਦੇ ਵਿੱਚ ਸਭ ਤੋਂ ਜ਼ਿਆਦਾ ਹੈ ਔਰ ਸਭ ਤੋਂ ਘੱਟ ਕਿੱਥੇ ਪਾਈ ਜਾਂਦੀ ਹੈ ਆਪਣੀ ਸਿੱਕਮ ਦੇ ਵਿੱਚ ਪਾਈ ਜਾਂਦੀ ਹੈ ਠੀਕ ਹੈ ਸੋ ਇਹਦੇ ਰਿਲੇਟਡ ਆਪਾਂ ਦੇਖ ਹੀ ਲੈਨੇ ਆ ਕਿ ਆਪਣੇ ਭਾਰ ਦੇ ਵਿੱਚ ਆਪਾਂ ਥੋੜੀ ਜਿਹੀ ਰਿਵੀਜ਼ਨ ਕਰ ਲੈਨੇ ਆ ਹਨਾ ਸੋ ਦੇਖੋ ਮੈਰਾਥਨ ਕਲਾਸ ਤੋਂ ਧੀ ਤਿਆਰ ਹੋ ਰਹੀ ਹੈ ਪਾਲਿਟੀ ਦੀ ਕਲਾਸ ਦੇਖ ਰਹੀ ਸਭ ਨੇ ਬਹੁਤ ਵਧੀਆ ਕਮੈਂਟ ਕੀਤੇ ਨੇ ਸੋ ਜਿਨ੍ਹਾਂ ਨੇ ਕਮੈਂਟ ਨਹੀਂ ਕੀਤੇ ਪਾਈ ਇਨ ਇੱਕ ਜੂਸੀ ਨਾ ਵਰਤ ਕਰੋ ਡਿਗਾ ਕਮੈਂਟ ਵਗੈਰਾ ਕਰਦਿਆ ਕਰੋ ਓਕੇ ਹੁਣ ਦੇਖੋ ਆਪਾਂ ਗੱਲ ਕਰਦੇ ਸੀਗੇ ਕਿ ਮੈਰਾਥਨ ਕਲਾਸ ਦੀ ਆਪਾਂ ਤੁਹਾਨੂੰ ਮੈਰਾਥਨ ਕਲਾਸ ਜਲਦੀ ਤੋਂ ਜਲਦੀ ਮੰਦੀਨ ਦੀ ਕੋਸ਼ਿਸ਼ ਕਰੂੰਗਾ ਠੀਕ ਹੈ ਸੋ ਹਿਸਟਰੀ ਦੀ ਸਾਡੀ ਕਲਾਸ ਆ ਰਹੀ ਹੈ ਬਿਲਕੁਲ ਤੁਸੀਂ ਤਿਆਰ ਹੋ ਜੂ ਹੁਣ ਦੇਖੋ ਧਿਆਨ ਨਾਲ ਆ ਆਪਣਾ ਹੈਗਾ ਇੰਡੀਆ ਹਨਾ ਸੋ ਇੰਡੀਆ ਵਿੱਚੋਂ ਆਪਾਂ ਇੱਕ ਇੱਕ ਰੇਖਾ ਦੇਖੀ ਸੀ ਜਿਹਨੂੰ ਬੋਲਦੇ ਸੀ ਆਪਾਂ ਕਰਕ ਰੇਖਾ ਸੋ ਉਹ ਲੰਘਦੀ ਹੈ ਜੀ ਆਪਣੇ 8 ਸਟਾਂ ਦੇ ਵਿੱਚੋਂ ਹਨਾ ਸੋ ਇੱਕ ਲੰਘਦੀ ਸੀ ਆਪਣੀ ਟਾਈਮ ਦੱਸਦੀ ਆ ਉਹ ਆਪਣੀ ਲੰਘਦੀ ਸੀਗੀ ਬਿਲਕੁਲ 82.5 ਡਿਗਰੀ ਤੇ ਹਨਾ ਸੋ ਇੱਥੇ ਕੀ ਆ ਆਪਣਾ ਟਾਈਮ ਦੱਸਦੀ ਹੈ ਵੀ ਆਪਣੇ ਭਾਰਤ ਦੀ ਸਟੈਂਡਰਡ ਟਾਈਮ IST ਇੰਡੀਅਨ ਸਟੈਂਡਰਡ ਟਾਈਮ ਜਿਹੜੀ ਆ ਉਹ ਲਾਈਨ ਲੰਘਦੀ ਹੈ ਓਕੇ ਭਾਰਤ ਦੇ ਆਪਾਂ ਕਿਤੇ ਸੀਗੇ 28 ਰਾਜ ਨੇ 8 ਕੀ ਨੇ ਯੂਨੀਅਨ ਟੈਰੀਟਰੀ ਨੇ ਆਪਾਂ ਦੇਖਿਆ ਸੀ ਕਿ ਭਾਰਤ ਦੀ ਜਿਹੜੀਆਂ ਟੱਚ ਕਰਦੇ ਨੇ ਤੱਟਵਰਤੀ ਉਹ ਸੀਗੇ 9 ਹਨਾ ਸੋ ਉਹ 9 ਸੂਬੇ ਤੁਹਾਨੂੰ ਨਾਮ ਯਾਦ ਹੋਣਾ ਚਾਹੀਦੇ ਨੇ ਵੈਸੇ ਮੈਂ ਮੈਰਾਥਨ ਕਲਾਸ ਦੇ ਵਿੱਚ ਕਰਵਾਉਂਗਾ ਠੀਕ ਹੈ ਅੱਛਾ ਇਸ ਤੋਂ ਇਸ ਤੋਂ ਇਲਾਵਾ ਹੋਰ ਕਿਤਾ ਸੀ ਆਪਾਂ 8 ਯੂਟੇਨ ਤੁਹਾਨੂੰ ਨਾਮ ਪਤਾ ਹੋਣਾ ਚਾਹੀਦੇ ਨੇ ਹਨਾ ਤੇ ਇਸ ਤੋਂ ਇਲਾਵਾ ਫਿਰ ਆਪਾਂ ਸਭ ਤੋਂ ਜ਼ਿਆਦੇ ਆਪਾਂ ਹੱਦ ਦੇ ਕਿਸੇ ਵੀ ਗੁਜਰਾਤ ਦੀ ਸਭ ਤੋਂ ਜ਼ਿਆਦੇ ਲੱਗਦੀ ਹੈ ਹਨਾ ਸੋ ਕੱਟ ਕਿਦੀ ਲੱਗਦੀ ਆ ਆਪਾਂ ਦੇਖਿਆ ਸੀ ਗੋਵਾ ਦੀ ਸਭ ਤੋਂ ਘੱਟ ਲੱਗਦੀ ਜਿੱਥੇ ਆਪਾਂ ਨਾ ਰੋਣਾ ਪੈ ਗਿਆ ਸੀ ਹਨਾ ਠੀਕ ਹੈ ਸੋ ਇਹਦੇ ਵਿੱਚ ਦੇਖੋ ਆਪਣੀ ਜਿਹੜੀ ਲਾਈਨ ਲੰਘਦੀ ਆ ਇਹ ਲੰਘਦੀ ਆ ਜੀ 23.5 ਡਿਗਰੀ ਨਾਰਥ ਵਿੱਚ ਲੰਘਦੀ ਆ ਹਨਾ ਸੋ ਇੱਕ ਮੱਧ ਰੇਖਾ ਹੁੰਦੀ ਆ ਉਹ 0 ਡਿਗਰੀ ਤੇ ਲੰਘਦੀ ਆ ਸੋ ਲੰਘਦੀ ਉਹ ਇਸ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਦੇਖੋ ਹੁਣ ਜਿਹੜੀ ਆਪਣੀ ਆ ਲਾਈਨ ਹੈ ਹਨਾ ਇਸ ਲਾਈਨ ਨੇ ਦੱਸਿਆ ਕਿ ਆਪਣਾ ਜਿਹੜਾ ਇੱਧਰ ਹੈ ਨਾ ਦੇਸ਼ ਦੇਸਵਰੀ ਦੇ ਜਾਂ ਕਿਹਨੇ ਸਟੇਟ ਔਰ ਇੱਧਰ ਸਟੇਟ ਹੈ ਇਹਦੇ ਵਿੱਚ ਪੂਰਾ ਦਾ ਪੂਰਾ ਜਿਹੜਾ ਅੰਤਰ ਹੈ ਉਹ ਬੰਦ ਹੈ ਜੀ 2 ਘੰਟਿਆਂ ਦਾ ਠੀਕ ਹੈ ਸੋ 2 ਘੰਟਿਆਂ ਦਾ ਅੰਤਰ ਬੰਦ ਹੈ ਕਿਉਂ ਬੰਦ ਹੈ ਕਿਵੇਂ ਬੰਦ ਹੈ ਇਹ ਆਪਾਂ ਮੈਰਾਥਨ ਕਲਾਸ ਦੇ ਵਿੱਚ ਡਿਟੇਲ ਦੇਖਾਂਗੇ ਆਪਾਂ ਪਹਿਲਾਂ ਵੀ ਦੇਖ ਚੁੱਕੇ ਹਾਂ ਓਕੇ ਸੋ ਇਹ ਤੁਸੀਂ ਪੰਜ ਸੱਤ ਗੱਲਾਂ ਯਾਦ ਰੱਖਣੀਆਂ ਨੇ ਬਿਲਕੁਲ ਤਰੀਕੇ ਨਾਲ ਔਰ ਇੱਕ ਤੁਸੀਂ ਹੋਰ ਗੱਲ ਯਾਦ ਰੱਖਣੀ ਹੈ ਕਿ ਜਿਹੜੀ ਆਪਣੀ ਇੱਕ ਲਾਈਨ ਉਹਦੀ ਲੈਟੀਟਿਊਡ ਹੁੰਦਾ ਆਹ ਵਾਲਾ ਲੈਟੀਟਿਊਡ ਹੁੰਦਾ ਇਹਦੇ ਵਿੱਚ ਸਿਰਫ ਸਿਰਫ 4 ਮਿੰਟਾਂ ਦਾ ਫਰਕ ਪੈਂਦਾ ਜਦੋਂ ਇਹ 1 ਡਿਗਰੀ ਲਾਈਨ ਅੱਗੇ ਜਾਂਦੀ ਹੈ ਸੋ ਇਹ 15 ਡਿਗਰੀ ਦਾ ਫਰਕ ਪੈਂਦਾ ਇੰਟੂ 4 ਕਰ ਲਓ ਠੀਕ ਹੈ ਸੋ ਇਸ ਤਰੀਕੇ ਨਾਲ ਆਪਾਂ 15 ਡਿਗਰੀ ਪੈਂਦਾ ਸੋ ਟੋਟਲ 30 ਬਣ ਜਾਂਦਾ ਜੇ ਕਰਕੇ 120 ਮਿੰਟ ਬਣ ਜਾਂਦੇ ਨੇ ਸੋ 2 ਘੰਟੇ ਦਾ ਫਰਕ ਪਿਆ ਜਾਂਦਾ ਜਦੋਂ ਆਪਾਂ ਇਧਰੋਂ ਏਸ ਵਾਲੀ ਉਰਨਾਚਲ ਪ੍ਰਦੇਸ਼ ਤੋਂ ਜਦੋਂ ਆਪਾਂ ਜਾਂਦੇ ਆ ਇਧਰ ਗੁਜਰਾਤ ਵੱਲ ਚੱਲ ਸੋ 2 ਘੰਟਿਆਂ ਦਾ ਫਰਕ ਲੱਗਦਾ ਤੁਸੀਂ ਅਕਸਰ ਕੁਐਸਚਨ ਸੁਣਿਆ ਹੋਊਗਾ ਕਿ ਜਦੋਂ ਵੇਲੇ ਉਰਨਾਚਲ ਪ੍ਰਦੇਸ਼ ਦੇ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਤੇ ਉਸ ਵੇਲੇ ਗੁਜਾਰਤ ਵਿੱਚ ਹੱਲੇ ਰਾਤ ਹੀ ਹੁੰਦੀ ਆ ਉਹ ਤਾਂ ਹੁੰਦੀ ਆ ਕਿਉਂਕਿ ਧਰਤੀ ਘੁੰਮਦੀ ਹੈ ਜੋ ਘੁੰਮਣ ਕਰਕੇ ਫਰਕ ਪੈਂਦਾ ਓਕੇ ਸੋ ਕੋਈ ਗੱਲ ਨਹੀਂ ਮੈਰਾਥਨ ਕਲਾਸ ਵਿੱਚ ਆਪਾਂ ਕਵਰ ਕਰਾਂਗੇ ਉੱਥੇ ਖੁੱਲ ਕੇ ਸੋ ਅੱਜ ਦੀ ਡੇਟ ਵਿੱਚ ਤੁਸੀਂ ਇਹ ਗੱਲ ਯਾਦ ਰੱਖਣੀ ਹੈ ਜੋ ਤੁਹਾਨੂੰ ਮੈਂ ਦੱਸਤਾ ਓਕੇ ਹੁਣ ਦੇਖੋ ਅ ਆਜ਼ਾਦੀ ਤੋਂ ਬਾਅਦ ਭਾਰਤ ਕਿੰਨੀਆਂ ਰਿਆਸਤਾਂ ਦੇ ਵਿੱਚ ਵੰਡਿਆ ਹੋਇਆ ਸੀ ਔਰ ਇਹ ਦੇਖੋ ਤੁਸੀਂ ਇਹ ਕੁਐਸਚਨ ਮੈਨੂੰ ਦੱਸਣਾ ਹੈ ਕਿ ਕਿੰਨੀਆਂ ਰਿਆਸਤਾਂ ਵਿੱਚ ਵੰਡਿਆ ਹੋਇਆ ਸੀਗਾ ਔਰ ਤੋਂ ਹਨਮਨ ਦੱਸਿਆ ਹੋਇਆ ਕਿ ਆਪਣੇ 399 ਮੈਂਬਰ ਗਏ ਸੀ ਹਨਾ ਸੋ ਇਸ ਕਰਕੇ ਵੀ ਉਹ ਜਿਹੜੇ ਮੈਂਬਰ ਸੀਗੇ ਉਹ ਇੱਕ ਵੱਖਰੀ ਗੱਲ ਰਹੇਗੀ ਜਦੋਂ ਦੇਸ਼ ਆਜ਼ਾਦ ਹੋ ਜਾਂਦਾ ਹੈ ਹਨਾ ਇਹਦੀ ਵੇਰੀਏਸ਼ਨ ਵੀ ਤੁਹਾਨੂੰ ਦੱਸੀ ਸੀਗੀ ਹਨਾ ਕਿੰਨੀ ਕਿੰਨੀ ਸੀਗੀ ਮੈਰਾਥਨ ਕਲਾਸ ਵਿੱਚ ਦੱਸੀ ਸੀਗੀ ਤੁਸੀਂ ਯਾਦ ਕਰਿਓ ਔਰ ਦੇਖੋ ਜਦੋਂ ਆਪਣਾ ਦੇਸ਼ ਆਜ਼ਾਦ ਹੋ ਜਾਂਦਾ ਹੈ ਨਾ ਆਜ਼ਾਦ ਆਜ਼ਾਦ ਹੋਣ ਤੋਂ ਬਾਅਦ ਆਪਣੇ ਦੇਸ਼ ਦੇ ਵਿੱਚ 500 ਤੇ 65 ਰਿਆਸਤਾਂ ਰਹਿ ਜਾਂਦੀਆਂ ਨੇ ਸੋ ਆਹ ਨਹੀਂ ਭੜਕਾ ਦੇਣਾ ਆਹ ਵੀ ਨਹੀਂ ਭੜਕਾ ਦੇਣਾ ਸੋ ਅਨਸਰ ਬਣੂਗਾ ਜਿਹਦਾ 4 ਅਨਸਰ ਬਣੂਗਾ ਓਕੇ ਸੋ ਦੇਖੋ ਹੁਣ 500 ਤੇ 65 ਆਪਣੇ ਬੰਦੇ ਰਹਿ ਗਏ ਸੋ ਜਿਹਦੇ ਵਿੱਚੋਂ 500 ਤੇ 62 ਬੰਦੇ ਕੀ ਸੀਗੇ ਆਪਣੇ ਸੀਗੇ ਮੰਨ ਗਏ ਸੀਗੇ ਹਾਮੀ ਭਾਰਤੀ ਸੀਗੇ ਅਸੀਂ ਭਾਰਤ ਦੇ ਵਿੱਚ ਹੀ ਰਹਿਣਾ ਹੈ ਪਰ ਜਿਹੜੇ ਤਿੰਨ ਬੰਦੇ ਨੇ ਉਹ ਕਹਿੰਦੇ ਅਸੀਂ ਨਹੀਂ ਮੰਨਦੇ ਜੀਏ ਠੀਕ ਆ ਸੋ ਤਿੰਨ ਬੰਦੇ ਕਿਹੜੇ ਕਿਹੜੇ ਸੀਗੇ ਇੱਕ ਜੰਮੂ ਕਸ਼ਮੀਰ ਦਾ ਰਾਜਾ ਸੀਗਾ ਇੱਕ ਸੀਗਾ ਜੂਨਾਗੜ ਦਾ ਸੀਗਾ ਰਾਜਸਥਾਨ ਦੇ ਵਿੱਚ ਔਰ ਇੱਕ ਸੀਗਾ ਹైదరాబాద్ ਦਾ ਸੋ ਇਹ ਵੱਲ ਸਰਦਾਰ ਵੱਲਬਾਈ ਜਿਹੜਾ ਪਟੇਲ ਸਾਹਿਬ ਨੇ ਉਹਨਾਂ ਦੀ ਡਿਊਟੀ ਲੱਗੀ ਸੀ ਕਿ ਇਹਨਾਂ ਨੂੰ ਮਨਾਓ ਸੋ ਇਹ ਪੁਲਿਸ ਸੈਕਸ਼ਨ ਹੋਇਆ ਸੀਗਾ ਠੀਕ ਆ ਔਰ ਇਹਨਾਂ ਨੂੰ ਆਪਾਂ ਮਨਾ ਲਿਆ ਸੀ ਕਿਉਂਕਿ ਇੱਥੇ ਨਾ ਜਿਹੜੀ ਪੋਪੂਲੇਸ਼ਨ ਆ ਉਹ ਜ਼ਿਆਦਾ ਸੀ ਕਿ ਹਿੰਦੂ ਪਰ ਜਿਹੜਾ ਰਾਜਾ ਸੀਗਾ ਨਾ ਉਹ ਸੀਗਾ ਮੁਸਲਮਾਨ ਸੋ ਇਹਨਾਂ ਨੇ ਜਨਤਾ ਤੋਂ ਹੱਥ ਖੜੇ ਕਰਵਾਤੀ ਸੀਗੇ ਪਰ ਇੱਥੇ ਕੰਮ ਉ ਹਿੰਦੂ ਔਰ ਜਨਤਾ ਸੀਗੀ ਮੁਸਲਿਮ ਉਸ ਜਿਸ ਕਰਕੇ ਪੰਗਾ ਪਿਆ ਗਿਆ ਸੋ ਇਹ ਪੰਗਾ ਅਜੇ ਤੱਕ ਵੀ ਲੋਟ ਨਹੀਂ ਆਇਆ ਠੀਕ ਹੈ ਸੋ ਇਹ ਜਿਹੜੀ ਕਹਾਣੀ ਆ ਤੁਸੀਂ ਯਾਦ ਰੱਖਣਾ 500 ਤੇ 65 ਸੀਗੀਆਂ ریاستਾਂ ਓਕੇ ਨੈਕਸਟ ਕੁਐਸਚਨ ਦੇਖੋ ਉਹ ਕਹਿੰਦਾ ਕਿ ਜਦੋਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਵੱਲ ਸਮਾਨ ਮੰਗਵਾਉਂਦਾ ਹੈ ਤਾਂ ਉਸਨੂੰ ਕੀ ਬੋਲਦੇ ਨੇ ਦੇਖੋ ਮੰਗਵਾਉਂਦਾ ਮੰਗਵਾਉਂਦਾ ਮਤਲਬ ਕੀ ਆਪਣੇ ਦੇਸ਼ ਵਿੱਚ ਆ ਰਿਹਾ ਸੋ ਆਨ ਨੂੰ ਕੀ ਬੋਲਦੇ ਨੇ ਆਯਾਤ ਕੇ ਨਿਰਯਾਤ ਉਹਨੂੰ ਬੋਲਦੇ ਨੇ ਆਯਾਤ ਕਿਉਂਕਿ ਉਹਨੂੰ ਬੋਲਦੇ ਨੇ ਇੰਪੋਰਟ ਵੀ ਆਪਣੇ ਦੇਸ਼ ਵਿੱਚ ਸਮਾਨ ਇੰਪੋਰਟ ਹੋ ਗਿਆ ਓਕੇ ਸੋ ਨਿਰਯਾਤ ਦਾ ਮਤਲਬ ਕੀ ਹੁੰਦਾ ਸੀਗਾ ਕਿ ਇੱਕ ਦੇਸ਼ ਨੂੰ ਦੂਜੇ ਦੇਸ਼ ਵੱਲ ਸਮਾਨ ਨੂੰ ਭੇਜਣਾ ਆਪਣੇ ਦੇਸ਼ੋਂ ਭੇਜ ਰਹੇ ਆ ਵੇਚ ਰਹੇ ਆ ਸੋ ਵੇਚਣ ਦੀ ਪ੍ਰਕਿਰਿਆ ਨੂੰ ਕੀ ਬੋਲਦੇ ਆਪਾਂ ਨਿਰਯਾਤ ਬੋਲਦੇ ਨੇ ਔਰ ਇੰਗਲਿਸ਼ ਬੋਲਦੇ ਨੇ ਐਕਸਪੋਰਟ ਬੋਲਦੇ ਨੇ ਵੀ ਇਹ ਆਪਾਂ ਜਿਹੜਾ ਆਪਣਾ ਕੀ ਕਰ ਰਹੇ ਆ ਆਪਾਂ ਐਕਸਪੋਰਟ ਕਰ ਰਹੇ ਆ ਓਕੇ ਸੋ ਉਤਪਾਦਨ ਦਾ ਮਤਲਬ ਪਤਾ ਆਪ ਨੂੰ ਕਿ ਜਿੰਨੀਆਂ ਵੀ ਫਸਲਾਂ ਗਾਉਣੇ ਆ ਸੋ ਉਹਨੂੰ ਆਪਾਂ ਉਤਪਾਦਨ ਕਹਾਂਗੇ ਠੀਕ ਹੈ ਸੋ ਜਿਹੜਾ ਆਮਦਨ ਆਪ ਨੂੰ ਪਤਾ ਹੀ ਆਮਦਨ ਕੀ ਹੁੰਦੀ ਹੈ ਜਿਹੜਾ ਆਪਾਂ ਇਹ ਸਮਾਨ ਵੇਚਾਂਗੇ ਜਿੰਨਾ ਵੀ ਆਪ ਨੂੰ ਪੈਸੇ ਕਮਾਏ ਜਾਣਗੇ ਆਪਾਂ ਆਮਦਨ ਠੀਕ ਹੈ ਨੈਕਸਟ ਕੁਐਸਚਨ ਦੇਖੋ ਉਹ ਕਹਿੰਦਾ ਕਿ ਗੋਇੰਦਵਾਲ ਸਾਹਿਬ ਵਿੱਚ ਕਿੰਨੀਆਂ ਪੌੜੀਆਂ ਸਨ ਕਿੰਨੀਆਂ ਪੌੜੀਆਂ ਸਨ ਵੀ ਦੱਸੋ ਸਾਬਾ ਵੈਰੀ ਗੁੱਡ ਸੋ ਸਭ ਨੂੰ ਇਹ ਤਾਂ ਪਤਾ ਹੀ ਹੋਊਗਾ ਹਨਾ 84 ਅੱਛਾ ਤੁਸੀਂ ਮੈਨੂੰ ਇਹ ਦੱਸੋ ਨੰਬਰ 1 ਗੋਇੰਦਵਾਲ ਜਿਹੜਾ ਜਿਹੜਾ ਸ਼ਹਿਰ ਹੈ ਇੱਕ ਜਿਹੜੇ ਗੁਰੂ ਸਾਹਿਬ ਨੇ ਵਸਾਇਆ ਸੀਗਾ ਨੰਬਰ 1 ਤੁਸੀਂ ਦੱਸਣਾ ਓਕੇ ਕਮੈਂਟ ਬਾਕਸ ਦੇ ਵਿੱਚ ਚਲੋ ਮੈਂ ਤੁਹਾਨੂੰ ਆਨਸਰ ਵੀ ਨਾਲ ਨਾਲ ਦੱਸ ਦੇਣਾ ਪਰ ਤੁਸੀਂ ਜ਼ਰੂਰ ਲਿਖਿਆ ਕਰੋ ਕਮੈਂਟ ਬਾਕਸ ਦੇ ਵਿੱਚ ਇਹ ਆਪਣੇ 3rd ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਮਿਹਰਬਾਨੀਆਂ ਨੇ ਉਹਨਾਂ ਨੇ ਆਪਾਂ ਇਸ ਸ਼ਰਵਸਾਇਆ ਸੀਗਾ ਓਕੇ ਸੋ 84 ਪੌੜੀਆਂ ਸੀਗੀਆਂ ਅੱਛਾ ਇਹਨੂੰ ਕੀ ਬੋਲਿਆ ਜਾਂਦਾ ਇੱਥੇ ਵਿੱਚ ਨਾ ਇੱਕ ਖੂਈ ਹੈ ਜਿਹਨੂੰ ਬੋਲਿਆ ਜਾਂਦਾ ਖੂਈ ਵੀ ਬੋਲਦੇ ਨੇ ਗੋਇੰਦਵਾਲ ਸਾਹਿਬ ਵਿੱਚ ਬੋਲੀ ਜਿਹਨੂੰ ਬੋਲਦੇ ਹਨਾ ਗੋਇੰਦਵਾਲ ਸਾਹਿਬ ਬੋਲੀ ਸਿਸਟਮ ਹਨਾ ਸੋ ਇਹ ਉਹੀ ਗੁਰੂ ਨੇ ਜਿਨ੍ਹਾਂ ਨੇ ਮੰਜੀ ਜਿਨ੍ਹਾਂ ਨੇ ਮੰਜੀ ਪ੍ਰਥਾ ਸ਼ੁਰੂ ਕੀਤੀ ਹੈ ਹਨਾ ਮੰਜੀ ਓਕੇ ਸੋ ਕਿੰਨੀਆਂ ਮੰਜੀਆਂ ਸੀ ਟੋਟਲ ਉਸ ਸਿੰਘਾਂ ਜੀ 22 ਮੰਜੀਆਂ ਸਨ ਸਭ ਨੂੰ ਪਤਾ ਹੈ ਇਹਨਾਂ ਗੁਰੂਆਂ ਨੇ ਹੀ ਆਪਣੀ ਜਿਹੜੀ ਸਤੀ ਪ੍ਰਥਾ ਉਹ ਖਤਮ ਕੀਤੀ ਸੀਗੀ ਹਨਾ ਸੋ ਇਹ ਜਦੋਂ ਅਕਬਰ ਜਿਹੜੇ ਅਕਬਰ ਸੌਰੀ ਅਮਰਦਾਸ ਸੀਗੇ ਉਦੋਂ ਫਿਰ ਜਿਹੜਾ ਕੰਟੈਂਪੋਰੀ ਜਿਹੜਾ ਗੁਰੂ ਸੀਗਾ ਨਾ ਕੰਟੈਂਪੋਰੀ ਉਹਨੂੰ ਬੋਲਦੇ ਨੇ ਸਮਕਾਲੀ ਜਿਹਨੂੰ ਬੋਲ ਦਿੰਦੇ ਨੇ ਪੰਜਾਬੀ ਚ ਉਦੋਂ ਸੀਗਾ ਅਕਬਰ ਓਕੇ ਸੋ ਇਹਨਾਂ ਗੁਰੂਆਂ ਨੇ ਹੀ ਆਪਾਂ ਨੂੰ ਇੱਕ ਰੀਤ ਸ਼ੁਰੂ ਕੀਤੀ ਸੀ ਜਿਹਨੂੰ ਬੋਲਦੇ ਨੇ ਸੰਗਤ ਤੇ ਪੰਗਤ ਠੀਕ ਹੈ ਵੀ ਇਹਨਾਂ ਨੇ ਪਤਾ ਕੀਤਾ ਸੀਗਾ ਕਹਦੇ ਸੀ ਵੀ ਜਿਨ੍ਹਾਂ ਨੇ ਮੈਨੂੰ ਮਿਲਣਾ ਉਹ ਇੱਕ ਲੰਗਰ ਜਿਹੜਾ ਬੈਠਣਾ ਉਹ ਵਿੱਚ ਪੰਕਤੀ ਵਿੱਚ ਬੈਠ ਕੇ ਆਪਣਾ ਕੀ ਕਰਨ ਉਹ ਲੰਗਰ ਛੱਕ ਕੇ ਮੈਨੂੰ ਪਹੁੰਚਣ ਗੁਰੂ ਸਾਹਿਬ ਜੀ ਨੇ ਇਹ ਆਪਣਾ ਫਰਮਾਨ ਦਿੱਤਾ ਸੀਗਾ ਓਕੇ ਔਰ ਇਹ ਉਹੀ ਗੁਰੂ ਨੇ ਜਿਹੜੇ ਆਪਣੇ ਸਭ ਤੋਂ ਬਿਰਤ ਗੁਰੂ ਮੰਨੇ ਜਾਂਦੇ ਨੇ ਔਰ ਇਹਨਾਂ ਦਾ ਗੁਰੂਆਂ ਦਾ ਜਿਹੜਾ ਪੁਰਾਣਾ ਨਾਮ ਹੈ ਉਹ ਨਾਮ ਕੀ ਸੀਗਾ ਸੋ ਉਹ ਤੁਸੀਂ ਜਿਹੜਾ ਚਿਰ ਗੁਰੂ ਇਹਨਾਂ ਦਾ ਜਿਹੜਾ ਚਿਰ ਗੁਰੂ ਆਪਣੇ ਅਮਰਦਾਸ ਜੀ ਨੇ ਨਾ ਇਹਨਾਂ ਦਾ ਇੱਕ ਨਾਮ ਸੀਗਾ ਚਾਈਲਡਹੂਡ ਨੇਮ ਠੀਕ ਹੈ ਸੋ ਉਹ ਤੋ ਇਹ ਇੰਨਾ ਕੰਮ ਤਾਂ ਤੁਸੀਂ ਆਪ ਕਰਨਾ ਹੈ ਇਹ ਤੁਸੀਂ ਆਪ ਲਿਖਣਾ ਹੈ ਠੀਕ ਸੋ ਇੰਨੇ ਆਪਾਂ ਦੱਸਦੇ ਆ ਕੜਾਹ ਪ੍ਰਸ਼ਾਦ ਵਗੈਰਾ ਇਹਨਾਂ ਦੇ ਟਾਈਮ ਤੇ ਸ਼ੁਰੂ ਹੋਇਆ ਸਰੂਪਾ ਵਗੈਰਾ ਇਹਨਾਂ ਦੇ ਟਾਈਮ ਤੇ ਸ਼ੁਰੂ ਹੋਇਆ ਹਨ ਸੋ ਸਾਰੇ ਫੈਕਟ ਤੁਸੀਂ ਯਾਦ ਰੱਖਣੇ ਨੇ ਆਪਣੇ ਜਿਹੜੇ 3 ਗੁਰੂ ਨੇ ਜਿਨ੍ਹਾਂ ਨੇ 1500 ਦੇ 52 ਦੇ ਵਿੱਚ ਆਪਣੀ ਗੁਰਗੱਦੀ ਨੂੰ ਸੰਭਾਲਿਆ ਸੀਗਾ ਓਕੇ ਤੇ ਅੰਮ੍ਰਿਤਸਰ ਵਿੱਚ ਨੰਦੀ ਕੀ ਹੋਈ ਸੀਗੀ ਜਿਹੜੀ ਪੈਦਾ ਹੋਈ ਸੀਗੀ ਜਨਮਸਥਾਨ ਸੀਗਾ ਨੈਕਸਟ ਕੁਐਸਚਨ ਦੇਖਦੇ ਆ ਉਹ ਕਹਿੰਦਾ ਕਿ ਦੇਸ਼ ਦੇ ਜਿਹੜਾ ਪ੍ਰਧਾਨ ਮੰਤਰੀ ਨੂੰ ਕੌਣ ਨਿਯੁਕਤ ਕਰਦਾ ਹੈ ਨਿਯੁਕਤ ਹੁਣ ਦੇਖੋ ਪ੍ਰਧਾਨ ਮੰਤਰੀ ਹੈ ਹਨਾ ਸੋ ਪ੍ਰਧਾਨ ਮੰਤਰੀ ਉਹ ਬੰਦਾ ਹੁੰਦਾ ਜਿੰਨਾਂ ਨੂੰ ਵੋਟਾਂ ਪਾ ਕੇ ਲੋਕਾਂ ਨੇ ਜਿਤਾਇਆ ਹੁੰਦਾ ਸੋ ਇਹਨੂੰ ਜਿਹੜਾ ਰਾਸ਼ਟਰਪਤੀ ਦੇਸ਼ ਦਾ ਉਹ ਇਹਨੂੰ ਕੀ ਕਰੂਗਾ ਨਿਯੁਕਤ ਕਰ ਦਿੰਦਾ ਸੋ ਇਹਦਾ ਆਨਸਰ ਕੀ ਬਣੂਗਾ ਜੀ ਰਾ ਭਲੋ ਰਾਸ਼ਟਰਪਤੀ ਆਪਿਆ ਸੋ ਚੌਥਾ ਨੰਬਰ ਕੀ ਬਣ ਜੂਗਾ ਇਹਦਾ ਆਨਸਰ ਬਣ ਜੂਗਾ ਅੱਛਾ ਆਪਾਂ ਹੋਰ ਦੇਖ ਲੈਨੇ ਆ ਰਾਜਪਾਲ ਲਿਖਿਆ ਸੋ ਰਾਜਪਾਲ ਇਹ ਜਿਹੜਾ ਆਪਣਾ ਹੁੰਦਾ ਨਾ ਜਿਹੜਾ ਰਾਸ਼ਟਰਪਤੀ ਆ ਇਹ ਰਾਜਪਾਲ ਨੂੰ ਨਿਯੁਕਤ ਕਰਦਾ ਔਰ ਕੋ ਜਿਹੜਾ ਰਾਜਪਾਲ ਹੁੰਦਾ ਇਹ ਨਿਯੁਕਤ ਕਰਦਾ ਜੀ ਆਪਣਾ ਜਿਹੜਾ ਮੁੱਖ ਮੰਤਰੀ ਹੁੰਦਾ ਸਟੇਟ ਦਾ ਓਕੇ ਸੋ ਇਹ ਉਹਨਾਂ ਨੂੰ ਹੀ ਕੌਣ ਕੀ ਕਰਦਾ ਇਹ ਅਪੁਆਇੰਟ ਕਰਦਾ ਹੁਣ ਦੇਖੋ ਸੁਪਰੀਮ ਕੋਰਟ ਦਾ ਜੱਜ ਸੁਪਰੀਮ ਕੋਰਟ ਦੇ ਜੱਜ ਨੂੰ ਕੌਣ ਨਿਯੁਕਤ ਕਰਦਾ ਇਹ ਕਰਦਾ ਜੀ ਰਾਸ਼ਟਰਪਤੀ ਕਰਦਾ ਇਹ ਵੀ ਸੋ ਮੰਤਰੀ ਮੰਡਲ ਨੂੰ ਵੀ ਰਾਸ਼ਟਰਪਤੀ ਕਰਦਾ ਪਰ ਕਿਹਦੀ ਸਲਾਹ ਤੇ ਇਹ ਕਰਦਾ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੀ ਸਲਾਹ ਦੇ ਉੱਤੇ ਕਰਦਾ ਓਕੇ ਸੋ ਇਹ ਗੱਲ ਯਾਦ ਰੱਖਣੀ ਹੈ ਵੀ ਜਿਹੜਾ ਮੰਤਰੀ ਮੰਡਲ ਹੁੰਦਾ ਨਾ ਉਹ ਕਰਦਾ ਤਾਂ ਰਾਸ਼ਟਰਪਤੀ ਹੈ ਪਰ ਕੀ ਦੀ ਸਲਾਹ ਤੇ ਆਪਣਾ ਪ੍ਰਾਈਮ ਮਿਨਿਸਟਰ ਦੀ ਸਲਾਹ ਦੇ ਉੱਤੇ ਨਿਯੁਕਤ ਕਰਦਾ ਹੈ ਠੀਕ ਹੈ ਅਗਲਾ ਦੇਖਦੇ ਨੇ ਨੈਕਸਟ ਕੁਐਸਚਨ ਉਹ ਕਹਿੰਦਾ ਹੈ ਕਿ ਜਿਹੜਾ ਸੰਸਦ ਹੁੰਦਾ ਹੈ ਦਾ ਉੱਪਰਲਾ ਸਦਨ ਕਿਹੜਾ ਹੁੰਦਾ ਹੈ ਦੇਖੋ ਉੱਪਰਲਾ ਦੇਖੋ ਮੈਂ ਤੁਹਾਨੂੰ ਕਰਾਇਆ ਕੀ ਪਰਲਿਮੈਂਟ ਹੈ ਇਹਦੇ ਸਦਨ ਹੁੰਦੇ ਨੇ ਦੀ ਦੋ ਸਦਨ ਹੁੰਦੇ ਨੇ ਇੱਕ ਨੂੰ ਬੋਲਦੇ ਆਪਾਂ ਲੋਕ ਸਭਾ ਔਰ ਦੂਜੇ ਨੂੰ ਬੋਲਦੇ ਆਪਾਂ ਰਾਜ ਸਭਾ ਓਕੇ ਸੋ ਇਹ ਜਿਹੜਾ ਇਹਨੂੰ ਇਸ ਹਿਸਾਬ ਉਸ ਨੂੰ ਬੋਲਦੇ ਨੇ ਆਪਾਂ ਹੇਠਲਾ ਸਦਨ ਬੋਲਿਆ ਜਾਂਦਾ ਹੈ ਸੋ ਇਹਨਾਂ 에ਸ ਨੂੰ ਬੋਲਿਆ ਜਾਂਦਾ ਜੀ ਆਪਣਾ ਉਪਰਲ ਸਦਨ ਸੋ ਲਬਲੋ ਰਾਸਾ ਬਕਤ ਲਿਖੀ ਹੋਈ ਆ ਲਿਖੀ ਹੋਈ ਹੈ ਨਾ ਸੋ ਇਹ ਆਪਣੀ ਆ ਗਈ ਸਟੇਟ ਦੀ ਇਹ ਸਟੇਟ ਦਾ ਉਪਰਲ ਸਦਨ ਹੁੰਦਾ ਹੈ ਸੋਰੀ ਆਹ ਬੰਦਾ ਉੱਪਰ ਸਦਨ ਹੁੰਦਾ ਔਰ ਜਿਹੜਾ ਵਿਧਾਨ ਸਭਾ ਇਹਨੂੰ ਬੋਲਦੇ ਨੇ ਆਪਾਂ ਹੇਠਲਾ ਸਦਨ ਠੀਕ ਹੈ ਸੋ ਇਹਦਾ ਆਨਸਰ ਮੈਂ ਐਵੇਂ ਲਿਖ ਸਕਦਾ ਸੀਗਾ ਵੀ ਇਹਦਾ ਆਨਸਰ ਬਣਨਾ ਦੂਜਾ ਔਰ ਇਹਦਾ ਆਨਸਰ ਬਣਨਾ ਚੌਥਾ ਦੋ ਆਨਸਰ ਬਣ ਜਾਣਗੇ ਇਹਦੇ ਓਕੇ ਪਰ ਉਹਨੇ ਸੰਸਦ ਪੁੱਛ ਲਈ ਹੈ ਪਰ ਸੰਸਦ ਹੁੰਦੀ ਹਮੇਸ਼ਾ ਰਾਜ ਸਭਾ ਦੇ ਵਿੱਚ ਹੁੰਦੀ ਹੈ ਹਨ ਸੋ ਇਹਦਾ ਆਨਸਰ ਬਣ ਜੂਗਾ ਇਹੇ ਸੋ ਆਪ ਨੂੰ ਜਿਹੜੇ ਨਿਕਨੇ ਇੱਕ ਪੁਆਇੰਟ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਨੇ ਕਿ ਜਿਹੜਾ ਦੇਸ਼ ਦਾ ਜਿਹੜਾ ਮੈਂਬਰ ਬਣਦਾ ਉਹਦੀ ਉਮਰ ਘੱਟੋ ਘੱਟ 25 ਸਾਲ ਹੋਣੀ ਚਾਹੀਦੀ ਹੈ ਹਨ ਜਿਹੜਾ ਰਾਜ ਸਭਾ ਦਾ ਮੈਂਬਰ ਸੋ ਪਾਦਰਗ ਨਾਗਰਿਕ ਹੋਣਾ ਚਾਹੀਦਾ ਹੈ ਇਹ ਲੋਕ ਸਭਾ ਦੇ ਮੈਂਬਰ ਬਣਦੇ ਯੋਗ ਹੋਣਾ ਚਾਹੀਦਾ ਜਿਹੜਾ ਇਧਰਲੇ ਪਾਸੇ ਬਣੂਗਾ ਹਨ ਜੋ ਆਪਣਾ ਰਾਜ ਸਭਾ ਦੇ ਵਿੱਚ ਬਣੂਗਾ ਸੋ ਇਸ ਤਰੀਕੇ ਨਾਲ ਤੁਸੀਂ ਯਾਦ ਕਰਨੇ ਨੇ ਜਿਹੜਾ ਆਪਣਾ ਦੇਸ਼ ਦਾ ਜਿਹੜਾ ਮੰਤਰੀ ਮੰਡਲ ਹੈ ਉਹ ਦੋਨੋਂ ਹਾਊਸ ਦੇ ਵਿੱਚੋਂ ਮੈਂਬਰ ਬਣ ਸਕਦੇ ਨੇ ਕੋਈ ਵੀ ਬਣ ਸਕਦਾ ਹੈ ਹਨ ਸੋ ਜਿਹੜਾ ਇਹਦਾ ਕਾਰਜਕਾਲ ਹੁੰਦਾ ਉਹ ਕਿੰਨਾ ਹੁੰਦਾ ਜੀ 5 ਸਾਲ ਹੁੰਦਾ ਔਰ ਇਹਨਾਂ ਦਾ ਕਾਰਜਕਾਲ ਕਿਤਨਾ ਹੁੰਦਾ ਜੀ 6 ਸਾਲ ਹੁੰਦਾ ਹੈ ਓਕੇ ਇਹ ਗੱਲ ਯਾਦ ਰੱਖਣੀਆਂ ਨੇ ਸੋ ਤੁਹਾਨੂੰ ਹਰ ਇੱਕ ਕਵੈਸਚਨ ਦੇ ਵਿੱਚੋਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਤੁਹਾਨੂੰ ਕੀ ਕੁਝ ਪਤਾ ਹੋਣਾ ਜ਼ਰੂਰੀ ਹੈ ਓਕੇ ਸੋ ਇਸ ਤਰੀਕੇ ਨਾਲ ਆਪਾਂ ਫਿਰ ਆਪਾਂ ਤੁਹਾਨੂੰ ਮੈਰਾਥਨ ਕਲਾਸ ਦੇਵਾਂਗਾ ਔਰ ਤੁਹਾਨੂੰ ਮੈਂ ਇਸ ਤਰੀਕੇ ਨਾਲ ਟੈਸਟ ਵੀ ਤੁਹਾਨੂੰ ਦਿੰਦਾ ਰਹੂੰਗਾ ਓਕੇ ਹੁਣ ਦੇਖੋ ਰਾਜ ਸਰਕਾਰ ਦਾ ਜਿਹੜਾ ਅਸਲੀ ਮੁਖੀ ਹੁੰਦਾ ਹੈ ਉਹ ਕੌਣ ਹੁੰਦਾ ਹੈ ਅਸਲੀ ਮੁਖੀ ਸੋ ਅਸਲੀ ਮੁਖੀ ਕਿਹਨੂੰ ਬੋਲਦੇ ਨੇ ਦੇਖੋ ਹੁਣ ਧਿਆਨ ਨਾਲ ਦੇਖੋ ਰਾਜ ਸਰਕਾਰ ਦਾ ਆ ਗਿਆ ਹਨਾ ਸੋ ਮੈਂ ਹੁਣੇ ਕਰਵਾ ਕੇ ਆਇਆ ਕਿ ਰਾਜ ਸਰਕਾਰ ਦੇ ਵਿੱਚ ਦੋ ਤਰ੍ਹਾਂ ਦੇ ਮੁਖੀ ਹੁੰਦੇ ਨੇ ਇੱਕ ਹੁੰਦਾ ਗਵਰਨਰ ਔਰ ਇੱਕ ਹੁੰਦਾ ਸੀਐਮ ਇਹਨੂੰ ਬੋਲਦੇ ਆਪਾਂ ਨਾ માત્ર ਮੁਖੀ ਔਰ ਇਹਨੂੰ ਬੋਲਦੇ ਆਪਾਂ ਅਸਲੀ ਮੁਖੀ ਠੀਕ ਹੈ ਸੋ ਇਹਦਾ ਫਿਰ ਅਸਲੀ ਮੁਖੀ ਕੌਣ ਹੋਗਾ ਜੀ ਸੀਐਮ ਲੱਭ ਲੋ ਸੀਐਮ ਕਿੱਥੇ ਪਿਆ ਜੀ ਆ ਪਿਆ ਮੁੱਖ ਮੰਤਰੀ ਸੋ ਸੈਕੰਡ ਆਂਸਰ ਬਣ ਜਾਊਗਾ ਮੁੱਖ ਮੰਤਰੀ ਔਰ ਮੁੱਖ ਮੰਤਰੀ ਨੂੰ ਕੌਣ ਨਿਯੁਕਤ ਕਰਦਾ ਹੈ ਦੇਸ਼ ਦਾ ਆਪਣਾ ਜਿਹੜਾ ਰਾਜ ਦਾ ਜਿਹੜਾ ਗਵਰਨਰ ਕਰੂਗਾ ਜਿਹਨੂੰ ਬੋਲਦੇ ਨੇ ਰਾਜਪਾਲ ਓਕੇ ਸੋ ਜਿਹੜਾ ਮੰਤਰੀ ਮੰਡਲ ਨੂੰ ਕੌਣ ਕਰੂਗਾ ਰਾਜਪਾਲ ਮੁੱਖ ਮੰਤਰੀ ਦੀ ਸਲਾਹ ਦੇ ਉੱਤੇ ਓਕੇ ਸੋ ਇਹ ਤੁਸੀਂ ਫੈਕਟ ਯਾਦ ਰੱਖਣੇ ਨੇ ਗੱਲਾਂ ਬਾਤਾਂ ਯਾਦ ਰੱਖਣੀਆਂ ਨੇ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਬਿਲਕੁਲ ਸੌਖੇ ਹੀ ਕੁਐਸਚਨ ਹੁੰਦੇ ਆ ਠੀਕ ਹੈ ਅੱਗੇ ਦੇਖੋ ਕਹਿੰਦਾ ਜੀ ਹਰਮੰਦਰ ਸਾਹਿਬ ਦਾ ਜਿਹੜਾ ਨੀ ਪੱਥਰ ਹੈ ਉਹ ਕਦੋਂ ਰੱਖਿਆ ਗਿਆ ਸੀਗਾ ਹਰਮੰਦਰ ਸਾਹਿਬ ਦਾ ਨੀ ਪੱਥਰ ਦੀ ਗੱਲ ਕਰਤੀ ਸੋ ਆਪ ਨੂੰ ਪਤਾ ਲੱਗਿਆ ਕਿ ਨੀ ਪੱਥਰ ਦੀ ਗੱਲ ਆਪ ਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਵੀ 1500 ਤੇ 88 ਵਿੱਚ ਮੀਆਂ ਮੀਰ ਵੱਲੋਂ ਨੀਆ ਪੱਥਰ ਨੀ ਪੱਥਰ ਰੱਖਿਆ ਗਿਆ ਸੀ ਉਸ ਵੇਲੇ ਗੁਰੂ ਕੌਣ ਸੀਗੇ ਆਪਣੇ ਚੌਥੇ ਗੁਰੂ ਜਿਹਦਾ ਨਾਮ ਸੀਗਾ ਜੀ ਆਪਣਾ ਜਿਹੜਾ ਨਾਮ ਸੀਗਾ ਆਪਣਾ RAMDAS JI ਇਹ ਉਹੀ RAMDAS ਗੁਰੂ ਨੇ ਜਿਨ੍ਹਾਂ ਨੇ ਲਾਵਾ ਸ਼ੁਰੂ ਕੀਤੀਆਂ ਨੇ ਫਸਟ ਆਫ ਆਲ ਠੀਕਾ ਹੁਣ ਤੁਹਾਨੂੰ ਮੈਂ ਦਿਖਾਉਣਾ ਵੀ ਕੀ ਕੀ ਕੁਝ ਸ਼ੁਰੂ ਕੀਤਾ ਇਹਨਾਂ ਨੇ ਇਹ ਪਹਿਥੇ ਲਾਈਨ ਬਣਾ ਲੈਨੇ ਆ ਲਾਵਾ ਸ਼ੁਰੂ ਕੀਤੀਆਂ ਨੇ ਇਹ ਉਹੀ ਗੁਰੂ ਸਾਹਿਬ ਨੇ ਜਿਨ੍ਹਾਂ ਸਮੇਂ ਮਸੰਦ ਪ੍ਰਥਾ ਸ਼ੁਰੂ ਕੀਤੀ ਗਈ ਹੈ ਇਹ ਉਹੀ ਗੁਰੂ ਸਾਹਿਬ ਨੇ ਜਦ ਇਹਨਾਂ ਦੇ ਟਾਈਮ ਤੇ ਅਕਬਰ ਗੁਰੂ ਉਹ ਅਕਬਰ ਰੇਹਾ ਰਾਜਾ ਹਨ ਸੋ ਇਹਨਾਂ ਨੇ 679 ਜਿਹੜੇ ਸ਼ਬਦ ਜਿਹੜੇ ਨੇ ਆਪਣੇ ਜਾਰੀ ਜਾਂ ਲਿਖੇ ਗਏ ਨੇ ਹਨਾ ਸੋ ਇਸ ਕਰਕੇ ਅੱਛਾ ਇਹਨਾਂ ਨੇ RAMDAS ਸਰੋਵਰ ਬਣਾਇਆ ਹਨਾ ਜਿਹੜਾ ਸਰੋਵਰ ਨਹੀਂ ਬਣਾਇਆ ਗੁਰੂ ਚੌਥੇ ਆਪਣਾ ਸੋਰੀ 골ਡਨ ਟੈਂਪਲ ਵਿੱਚ ਸੋ ਇਹ ਯਾਦ ਰੱਖਣਾ ਹੈ ਸੋ ਗੁਰੂ ਕੀ ਨਗਰੀ ਹਨਾ ਇਹ ਇਹਦਾ ਤੁਸੀਂ ਪੁਆਇੰਟ ਯਾਦ ਰੱਖਣੇ ਆ ਓਕੇ ਸੋ ਇੱਕ ਇਹਨਾਂ ਦੀ ਦੇਨ ਹੈ ਇਹ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਦੀ ਦੇਨ ਹੈ ਠੀਕ ਹੈ ਜਿਨ੍ਹਾਂ ਦਾ 올ਡ ਨਾਮ ਸੀਗਾ ਭਾਈ ਜੇਤਾ ਜੀ ਇਹਨੂੰ ਬੋਲਿਆ ਜਾਂਦਾ ਸੀਗਾ ਜੇਤਾ ਜੀ ਬੋਲਿਆ ਜਾਂਦਾ ਠੀਕ ਹੈ ਜਿਵੇਂ ਹੁਣ ਦੇਖੋ ਮੈਨੂੰ ਯਾਦ ਹੋਏ ਪਿਆ ਤੁਹਾਨੂੰ ਇੰਨੀ ਵਾਰੀ ਰਿਵੀਜ਼ਨ ਕਰਵਾ ਕਰਵਾ ਕੇ ਔਰ ਤੁਸੀਂ ਵੀ ਇਦਾਂ ਹੀ ਬੋਲਿਆ ਕਰੋ ਫਿਰ ਤੁਹਾਨੂੰ ਵੀ ਚੀਜ਼ਾਂ ਯਾਦ ਰਹਿਣ ਲੱਗ ਜਾਣਗੀਆਂ ਔਰ ਜਿਹੜਾ ਅੰਮ੍ਰਿਤਸਰ ਹੈ ਹਨਾ ਦੇਖੋ ਅੰਮ੍ਰਿਤਸਰ ਉਹਨੂੰ ਉਹਨੂੰ ਗੁਰੂ ਦਾ ਚੱਕ ਵੀ ਬੋਲਿਆ ਜਾਂਦਾ ਸੀਗਾ ਪੁਰਾਣਾ ਨਾਮ ਸੀ ਇਹਦਾ ਹਨਾ ਸੋ ਇਹ ਵੀ ਤੁਸੀਂ ਯਾਦ ਰੱਖਣਾ ਹੈ ਅੱਛਾ ਇਹਦਾ ਨਾਮ 올ਡਰ ਨੇਮ RAMDAS PURA ਵੀ ਕਿਹਾ ਜਾਂਦਾ ਹੈ ਗੁਰੂ ਚੱਕ ਗੁਰੂ ਕਾ ਵੀ ਕਿਹਾ ਜਾਂਦਾ ਹੈ ਹਣਾ ਸੋ ਦੋ ਨਾਮ ਤੁਸੀਂ ਯਾਦ ਰੱਖਣੇ ਨੇ ਇੱਕ ਤਾਂ ਹੈਗਾ ਜੀ ਚੱਕ ਗੁਰੂ ਕਾ ਔਰ ਇੱਕ ਜਿਹੜਾ ਹੈਗਾ ਆਪਣਾ ਜਿਹਨੂੰ ਬੋਲਿਆ ਜਾਂਦਾ ਸੀਗਾ RAMDAS RAMDAS ਤੇ PURA ਠੀਕ ਹੈ ਸੋ ਇਹ ਦੋ ਗੱਲਾਂ ਤੁਸੀਂ ਯਾਦ ਰੱਖਣੀਆਂ ਨੇ ਸੋ ਇਹਨਾਂ ਦੇ ਨਾਮ ਨੇ ਓਕੇ ਹੁਣ ਦੇਖੋ ਕਹਿੰਦਾ ਭਾਰਤ ਵਿੱਚ ਕਿੰਨੇ ਪ੍ਰਤੀਸ਼ਤ ਖੇਤੀ ਨਾਲ ਜੁੜੀ ਹੋਈ ਹੈ ਦੇਖੋ ਮੈਂ ਇਕਨੋਮਿਕਸ ਵਿੱਚ ਹੁਣੀ ਕੁਐਸਚਨ ਕਰਵਾ ਕੇ ਆਇਆ ਕੱਲ ਪਰਸੋਂ ਸੋ ਤੁਹਾਨੂੰ ਸਭ ਨੂੰ ਪਤਾ ਲੱਗ ਗਿਆ ਹੋਊਗਾ ਕਿ 68% ਜਿਹੜੀ ਪੋਪੂਲੇਸ਼ਨ ਆਪਣੀ ਜਨਸੰਖਿਆ ਉਹ ਦੋ ਤਿਹਾਈ ਹਿੱਸਾ ਵੀ ਆਪਾਂ ਕਹਿ ਸਕਦੇ ਹਾਂ ਠੀਕ ਹੈ ਇਹ ਕਿਹਦੇ ਨਾਲ ਜੁੜੀ ਹੋਈ ਹੈ ਇਹ ਆਪਣੀ ਜਿਹੜੀ ਆ ਉਹ ਖੇਤੀ ਦੇ ਨਾਲ ਜੁੜੀ ਹੋਈ ਹੈ ਓਕੇ ਸੋ ਆਪਣੀ ਜਿਹੜੀ ਦੇਸ਼ ਵਿੱਚ ਹਰੀ ਕ੍ਰਾਂਤੀ ਪਹਿਲੀ ਵਾਰੀ ਕਦੋਂ ਆਈ ਸੀ 1900 ਸਾਟ ਵਿੱਚ ਆਪਣੇ ਪੰਜਾਬ ਵਿੱਚ ਹਰੀ ਕ੍ਰਾਂਤੀ ਦਾ ਮਤਲਬ ਕੀ ਹੈ ਕਣਕ ਦੀ ਕ੍ਰਾਂਤੀ ਵੀ ਕਹਾਇਆ ਜਾਂਦਾ ਕਣਕ ਚੌਲ ਦੀ ਕ੍ਰਾਂਤੀ ਹੈ ਨਾ ਕ੍ਰਾਂਤੀ ਸੋ ਕਣਕ ਦੀ ਖੇਤੀ ਲਈ ਜਿਹੜਾ ਆਪਣਾ ਬੀਜ ਲੈ ਕੇ ਜਾਂਦਾ ਸੀ ਨਾ ਹਾਈ ਐਚਓਵਾਈ ਤੇ ਡੀ ਬੀ ਲੈ ਕੇ ਜਾਂਦਾ ਸੀ ਹਨ ਸੋ ਇਹ ਵਿੱਚ ਕੀ ਸੀਗਾ ਕਿ ਇਹਦੇ ਨਾਲ ਕੀ ਹੁੰਦਾ ਸੀਗਾ ਵੱਧ ਝਾੜ ਆਉਂਦਾ ਸੀਗਾ ਹਨ ਸੋ ਇਸ ਤਰੀਕੇ ਨਾਲ ਤੁਸੀਂ ਯਾਦ ਰੱਖਣਾ ਹੈ ਅੱਛਾ ਤੁਸੀਂ ਮੇਨ ਇਹ ਗੱਲ ਯਾਦ ਰੱਖੋ ਇਹ ਤਾਂ ਤੁਸੀਂ ਚਲ ਕਰ ਲਿਆ ਹਨ ਸੋ ਮੈਨ ਜਿਹੜੇ ਨਾ 2-3 ਪੁਆਇੰਟ ਨੇ ਵੀ ਹਰੀ ਕ੍ਰਾਂਤੀ ਵੇਲੇ ਕੁਝ ਨਾਮ ਦਿੱਤੇ ਗਏ ਸੀ ਹਨ ਸੋ ਉਹ ਨਾਮਾਂ ਤੁਸੀਂ ਯਾਦ ਰੱਖਣਾ ਕਿ ਜਿਵੇਂ ਫਾਦਰ ਆਫ ਆਪਣੇ ਮਾਡਰਨ ਵਗੈਰਾ ਹਨ ਜਿਹੜੇ ਮੈਂ ਤੁਹਾਨੂੰ ਤਿੰਨ ਕਰਵਾਈ ਸੀਗੀ ਯਾਦ ਆਇਆ ਕਿ ਨਹੀਂ ਆਇਆ ਜਿੱਕਨੇ-ਕਨੇ ਬੱਚਿਆਂ ਨੂੰ ਯਾਦ ਆ ਗਿਆ ਕਿ ਨਹੀਂ ਆਇਆ ਠੀਕ ਹੈ ਇਹ ਗੱਲਾਂ ਯਾਰ ਤੁਸੀਂ ਯਾਦ ਰੱਖਣੀਆਂ ਨੇ ਜਿਵੇਂ ਆਪਾਂ ਹਰੀ ਕ੍ਰਾਂਤੀ ਦਾ ਤੁਹਾਨੂੰ ਮੈਂ ਨਾਮ ਲੈ ਰਹਾ ਹਾਂ ਹਰੀ ਕ੍ਰਾਂਤੀ ਦਾ ਓਕੇ ਸੋ ਦੇਖੋ ਵਰਲਡ ਲੈਵਲ ਤੇ ਆਪਾਂ ਨੂੰ ਪਤਾ ਹੀ ਹੈ ਜਿਹਦਾ ਨਾਮ ਹੈ ਜਿਗਾ ਨੋਰਮਨ ਪਰਲੋਗ ਨਾਮ ਤੁਹਾਨੂੰ ਯਾਦ ਕਰਾਇਆ ਸੀਗਾ ਜਿੰਨਾਂ-ਜਿੰਨਾਂ ਬੱਚਿਆਂ ਕੋਲੇ ਪੀਡੀਐਫ ਪਹੁੰਚ ਗਈ ਹੈ ਹਨਾ ਸੋ ਉਹਨਾਂ ਨੇ ਇਹ ਪੀਡੀਐਫ ਦੇ ਵਿੱਚੋਂ ਯਾਦ ਕਰ ਲਿਆ ਹੋਊਗਾ ਅੱਛਾ ਇੰਡੀਆ ਲੈਵਲ ਤੇ ਕੀ ਹੈ ਬਿਲਕੁਲ ਸੁਣਿਆ ਹੋਗਾ ਭਵੰਤ ਮਾਨ ਦੇ ਮੂੰਹੋਂ ਬਹੁਤ ਵਾਰ ਉਸ ਵਿਖਿਆ ਸੁਆਮੀਨਾਥਨ ਦੀ ਰਿਪੋਰਟ ਲੱਗ ਕਰ ਦੋ ਸੁਆਮੀਨਾਥਨ ਦੀ ਰਿਪੋਰਟ ਲੱਗੂ ਕਰ ਦੋ ਹਨਾ ਸੋ ਇਹ ਸੁਆਮੀਨਾਥਨ ਨੇ ਅੱਛਾ ਜੇਕਰ ਪੰਜਾਬ ਲੈਵਲ ਤੇ ਆ ਗਿਆ ਉਹਦਾ ਨਾਮ ਹੈ ਐਸ ਐਮ ਰੰਧਾਵਾ ਓਕੇ ਸੋ ਇਹ ਰੰਧਾਵਾ ਜਿਹੜਾ ਹੈਗਾ ਇਹ ਪੰਜਾਬ ਲੈਵਲ ਤੇ ਹੈ ਬਸ ਇੰਨੀ ਗੱਲ ਯਾਦ ਰੱਖਣੀ ਹੈ ਠੀਕ ਹੈ ਚਲੋ ਨੈਕਸਟ ਕੁਐਸਚਨ ਦੇਖੋ ਇਹਦੇ ਵਿੱਚ ਦੇਖੋ ਕੀ ਕਰਨਾ ਕਹਿੰਦਾ ਭਾਰਤ ਵਿੱਚ ਚੋਲ ਪੈਦਾ ਕਰਨ ਵਾਲਾ ਜਿਹੜਾ ਰਾਜ ਆ ਉਹ ਕਿਹੜਾ ਹੈਗਾ ਸੋ ਆਪਾਂ ਬਹੁਤ ਵਾਰੀ ਕਰ ਚੁੱਕੇ ਆ ਕਿ ਜਿਹੜਾ ਰਾਜ ਆ ਜਿਹੜਾ ਚੋਲ ਪੈਦਾ ਕਰਨ ਵਾਲਾ ਜਿਹੜਾ ਆਪਣਾ ਰਾਜ ਆ ਨਾ ਇੰਡੀਆ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਜਿਹੜਾ ਚੋਲ ਪੈਦਾ ਕਰਦਾ ਉਹ ਪੱਛਮੀ ਬੰਗਾਲ ਕਰਦਾ ਹੈ ਓਕੇ ਸੋ ਜਿਨ੍ਹਾਂ ਨੇ ਫਿਰ ਜੇ ਉਹ ਗੱਲ ਆ ਗਈ ਪੀਡੀਐਫ ਦੇ ਵਿੱਚੋਂ ਲਿਖਿਆ ਹੋਇਆ ਸੋ ਉਹਦੇ ਵਿੱਚੋਂ ਕੀ ਹੋਊਗਾ ਤੁਹਾਨੂੰ ਹਿੰਟ ਮਿਲ ਜਾਣਗੇ ਸੋ ਠੀਕ ਹੈ ਸੋ ਤੁਹਾਨੂੰ ਇਹ ਗੱਲਾਂ ਯਾਦ ਹੋਣ ਚਾਹੀਦੀਆਂ ਨੇ ਵੀ ਚੌਲ ਆਪਣੇ ਸਭ ਤੋਂ ਜ਼ਿਆਦਾ ਪੱਛਮੀ ਬੰਗਾਲ ਦੇ ਵਿੱਚ ਪਾਇਆ ਜਾਂਦਾ ਏ ਓਕੇ ਸੋ ਬਸ ਇਹੀ ਗੱਲ ਯਾਦ ਰੱਖਣੀ ਹੈ ਠੀਕ ਹੈ ਸੋ ਕਣਕ ਕਿੱਥੇ ਪਾਈ ਜਾਂਦੀ ਹੈ ਇਹ ਉੱਤਰ ਪ੍ਰਦੇਸ਼ ਵਿੱਚ ਪਾਈ ਜਾਂਦੀ ਸਭ ਤੋਂ ਜ਼ਿਆਦਾ ਕਣਕ ਉੱਥੇ ਹੁੰਦੀ ਹੈ ਹਨਾ ਦੇਖੋ ਜੰਮੂ ਕਸ਼ਮੀਰ ਵਿੱਚ ਸਭ ਤੋਂ ਜ਼ਿਆਦਾ ਕੀ ਹੁੰਦਾ ਹੈ ਜੰਮੂ ਕਸ਼ਮੀਰ ਵਿੱਚ ਦੇਖੋ ਚੌਲ ਤਾਂ ਆਪਾਂ ਕਰ ਲਿਆ ਕਿ ਕਿੱਥੇ ਹੁੰਦੇ ਇਹ ਪੱਛਮੀ ਬੰਗਾਲ ਚ ਆਪਾਂ ਕਣਕ ਦੀ ਦੇਖ ਲਈ ਹੈ ਸੋ ਸੇਬ ਹੁੰਦੇ ਨੇ ਸਭ ਤੋਂ ਜ਼ਿਆਦਾ ਸੋ ਆਪਾਂ ਕਹਿੰਦੇ ਨਾ ਵੀ ਜੰਮੂ ਕਸ਼ਮੀਰ ਦੇ ਸੇਬ ਸੋ ਜਿਹੜੇ ਸੇਬ ਹੁੰਦੇ ਹਨ ਨਾ ਇਹ ਜੰਮੂ ਕਸ਼ਮੀਰ ਦੀ ਜਿਹੜੀ ਖੇਤੀ ਆ ਸੋ ਬਹੁਤ ਵਧੀਆ ਕੁਆਲਿਟੀ ਦੇ ਇੱਥੇ ਮਿਲਦੇ ਨੇ ਕਿਉਂਕਿ ਉੱਥੇ ਦੀ ਰੁੱਤ ਆ ਠੀਕ ਹੈ ਸੋ ਇਹ ਉੱਤਰ ਜੁੰਦੇ ਰਹੇ ਆ ਦੇਖੋ ਇਸ ਲਈ ਤੁਸੀਂ ਇੰਪੋਰਟੈਂਟ ਕੁਐਸਚਨ ਲਾ ਲਓ ਵੀ ਜਿਹੜਾ ਪੰਜਾਬੀ ਕਿਹੜੀ ਭਾਸ਼ਾ ਦਾ ਸ਼ਬਦ ਹੈ ਪੰਜਾਬੀ ਓਕੇ ਸੋ ਇਹਦਾ ਆਨਸਰ ਆਊਗਾ ਜੀ ਫਾਰਸੀ ਫਾਰਸੀ ਵਿੱਚੋਂ ਚੱਕਿਆ ਗਿਆ ਪੰਜਾਬੀ ਦਾ ਸ਼ਬਦ ਹੈ ਯਾਦ ਰੱਖਣਾ ਔਰ ਇੱਕ ਦੇਖੋ ਇੱਕ ਕੁਐਸਚਨ ਹੋਰ ਬਣਾਉਂਦਾ ਮੈਂ ਤੁਹਾਨੂੰ ਕਰਾਉਂਗਾ ਇਹ ਵੀ ਕਿ ਜਿਹੜਾ ਖਾਲਸਾ ਜਿਹੜਾ ਸ਼ਬਦ ਹੈ ਆਪਣਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਹਨ 1699 ਦੇ ਵਿੱਚ ਆਪਣਾ ਖਾਲਸਾ ਪੰਥ ਦੀ ਸਥਾਪਨਾ ਕੀਤੀ ਹੈ ਉਹ ਜਿਹੜਾ ਖਾਲਸਾ ਸ਼ਬਦ ਹੈ ਕਿੱਥੋਂ ਲਿਆ ਗਿਆ ਇਹ ਲਿਆ ਗਿਆ ਜੀ ਅਰੇਬਿਕ ਤੋਂ ਰੇਬਿਕ ਦੀ ਭਾਸ਼ਾ ਤੋਂ ਲਿਆ ਗਿਆ ਇਹ ਤੁਸੀਂ ਦੋ ਕੁਐਸਚਨ ਬਿਲਕੁਲ ਯਾਦ ਰੱਖਣੇ ਨੇ ਓਕੇ ਮੈਂ ਕੱਲ ਨੂੰ ਕੁਐਸਚਨ ਬਣਾ ਦੂੰਗਾ ਮੈਂ ਮੈਰਾਸਨ ਦੇ ਵਿੱਚ ਵੀ ਐਡ ਕਰੂੰਗਾ ਠੀਕ ਹੈ ਸੋ ਇਹ ਕੁਐਸਚਨ ਵੀ ਇੰਪੋਰਟੈਂਟ ਹੈ ਪੇਪਰ ਦੇ ਵਿੱਚ ਆਇਆ ਸੀ ਕਿਸੇ ਪੇਪਰ 'ਚ ਆਇਆ ਸੀਗਾ ਤੁਸੀਂ ਯਾਦ ਰੱਖਣਾ ਹੈ ਦੇਖੋ ਬਾਛ ਭਾਸ਼ਣ ਦੇਣ ਦਾ ਜਿਹੜਾ ਅਧਿਕਾਰ ਹੈ ਆਪਣਾ ਮੌਲਿਕ ਅਧਿਕਾਰ ਹੈ ਆਪਾਂ ਕੀਤਾ ਸੀ ਉਹ ਨਿਸ਼ੇਧ ਨੰਬਰ 19 ਵਿੱਚ ਕੀਤਾ ਸੀਗਾ ਜਿੱਥੇ ਬੋਲਿਆ ਜਾਂਦਾ ਸੀ ਇਹ ਬੋਲਣ ਦੀ ਆਜ਼ਾਦੀ ਬੋਲਣ ਦਾ ਮਤਲਬ ਹੁੰਦਾ ਹੈ ਭਾਸ਼ਣ ਦੇਣਾ ਠੀਕ ਹੈ ਸੋ ਆਪਾਂ ਭਾਸ਼ਣ ਦੇ ਸਕਦੇ ਹਾਂ ਬਿਲਕੁਲ ਵਧੀਆ ਤਰੀਕੇ ਨਾਲ ਸੋ ਕੋਈ ਵੀ ਆਪਾਂ ਕਿਸਾਨ ਯੂਨੀਅਨ ਹੈ ਜਾਂ ਕੋਈ ਆਪਣਾ ਟੀਚਰਸ ਮੰਗ ਕਰਦੇ ਨੇ ਧਰਨਾ ਵਗੈਰਾ ਪ੍ਰਦਰਸ਼ਨ ਕਰਨਾ ਸ਼ਾਂਤ ਮਈ ਢੰਗ ਨਾਲ ਕਰਨਾ ਸੋ ਇਹ 19 ਨੰਬਰ ਦੇ ਵਿੱਚ ਆਪਣੇ ਅਧਿਕਾਰ ਦਿੱਤੇ ਗਏ ਨੇ ਸਭ ਕਰ ਸਕਦੇ ਆ ਅੱਛਾ ਆਪਨੋ ਕੋਲ ਇੱਕ ਅਧਿਕਾਰ ਹੋਰ ਹੈ 21A ਦਾ ਉਹ ਕਿਹੜਾ ਸੀਗਾ ਸਿੱਖਿਆ ਦਾ ਅਧਿਕਾਰ ਜਿਹੜੀ ਆਪਾਂ 6 ਸਾਲ ਤੋਂ ਲੈ ਕੇ 14 ਸਾਲ ਦੀ ਉਮਰ ਵਿੱਚ ਕਰਨੀ ਹੈ ਉਹ ਸਿੱਖਿਆ ਦਾ ਅਧਿਕਾਰ ਉਨਿਸ਼ੇਦ ਨੰਬਰ 21A ਦੇ ਵਿੱਚ ਦਿੱਤਾ ਗਿਆ ਹੈ ਹਨਾ ਅੱਛਾ ਤੁਸੀਂ ਮੈਨੂੰ ਦੱਸਣਾ ਵੀ ਇਹ ਜਿਹੜਾ 21A ਆ ਵੱਡਾ A ਵੱਡੇ A ਦਾ ਮਤਲਬ ਹੁੰਦਾ ਹੈ ਸੋਧ ਕਰਨੀ ਔਰ ਤੁਸੀਂ ਮੈਨੂੰ ਇਹ ਦੱਸਣਾ ਕਮੈਂਟ ਬਾਕਸ ਦੇ ਵਿੱਚ ਕਿ ਇਹ ਜਿਹੜੀ ਸੋਧ ਆ ਇਹ ਕਿਦੋਂ ਕੀਤੀ ਗਈ ਸੀ ਤੇ ਕਿੰਨੀਵੀਂ ਸੋਧ ਹੈ ਇਹਦਾ ਤੁਸੀਂ ਮੈਨੂੰ ਆਨਸਰ ਦੇਣਾ ਔਰ ਮੈਂ ਕਮੈਂਟ ਬਾਕਸ ਦੇ ਵਿੱਚ ਵੀ ਪਿੰਨ ਕਰ ਦੂੰਗਾ ਠੀਕ ਹੈ ਪੰਚਾਇਤੀ ਰਾਜ ਜਿਹੜਾ ਹੈਗਾ ਉਹ ਕਿਸ ਸੂਚੀ ਵਿੱਚ ਦਿੱਤਾ ਗਿਆ ਹੈ ਦੇਖੋ ਪੰਚਾਇਤੀ ਰਾਜ ਹੈ ਨਾ ਸੋ ਪੰਚਾਇਤੀ ਰਾਜ ਕਿਸ ਸੂਚੀ ਸੂਚੀਆਂ ਕਿੰਨੀਆਂ ਨੇ ਆਪਣੇ ਆਪਣੇ 12 ਸੂਚੀਆਂ ਨੇ ਜਦੋਂ ਸੰਵਿਧਾਨ ਬਣਿਆ ਸੀ ਉਦੋਂ ਕਿੰਨੀਆਂ ਸੀਗੀਆਂ 8 ਸੀਗੀਆਂ ਠੀਕ ਹੈ ਸੋ ਇਹ ਸੂਚੀ ਨੰਬਰ ਕਿਹੜੀ ਹੈ 11ਵੀਂ ਹੈ ਔਰ 11ਵੀਂ ਸੂਚੀ ਕਦੋਂ ਜੋੜੀ ਗਈ ਹੈ ਇਹਨਾਂ ਨੇ 73ਵੀਂ ਸੋਧ ਰਾਹੀਂ 1992 ਵਿੱਚ ਇਹਨੂੰ ਜਿਹੜਾ ਕਾਨੂੰਨੀ ਰੂਪ ਦਿੱਤਾ ਗਿਆ ਸੀਗਾ ਪੰਚਾਇਤੀ ਰਾਜਾਂ ਨੂੰ ਸੋ ਇਹਦਾ ਆਨਸਰ ਕੀ ਬਣੂਗਾ ਜੀ 11ਵੀਂ ਸੂਚੀ ਹੈ ਔਰ 12ਵੀਂ ਸੂਚੀ ਕਿਹੜੀ ਹੈ 12ਵਿੱਚ ਆਪਣੀਆਂ ਜਿਹੜੀਆਂ ਨੇ ਐਮਸੀ ਆਗਿਆ ਸ਼ਹਿਰਾਂ ਦੇ ਨਗਰਪਾਲਿਕਾਵਾਂ ਆਗੀਆਂ 10ਵੀਂ ਸੂਚੀ ਕੀ ਆਗਿਆ ਦਲ ਬਦਲੂ ਕਾਨੂੰਨ ਆਗੇ ਮੈਰਾਥਨ ਕਲਾਸ ਦੇ ਵਿੱਚ ਮੈਂ ਇਹ ਕਰਵਾਇਆ ਸੀਗਾ ਸਾਰੀਆਂ ਸਾਰੀਆਂ 12 ਦੀਆਂ 12 ਸੂਚੀਆਂ ਮੈਂ ਤੁਹਾਨੂੰ ਦੱਸਣਾ ਸੀਗੀਆਂ ਔਰ ਜਿੰਨੇ ਜਨੇ ਬੱਚੇ ਨੇ ਕਲਾਸ ਲਈ ਹੈ ਉਹ ਵੈਲਨ ਗੁੱਡ ਹੈ ਉਹਨਾਂ ਨੂੰ ਪਤਾ ਹੋਊਗਾ ਓਕੇ ਦੇਖੋ ਉਹ ਕਹਿੰਦਾ ਕਿ ਹਰਮੰਦਰ ਸਾਹਿਬ ਦੇ ਜਿਹੜੇ ਪਹਿਲੇ ਗ੍ਰੰਥੀ ਸੀ ਉਹ ਕੌਣ ਸਨ ਪਹਿਲੇ ਗ੍ਰੰਥੀ ਸੋ ਪਹਿਲੇ ਗ੍ਰੰਥੀ ਦਾ ਨਾਮ ਦਿੱਤਾ ਉਹਨਾਂ ਨੇ ਸੋ ਆਪ ਨੂੰ ਪਤਾ ਹੀ ਹੈ ਕਿ ਜਿਹੜੇ ਪਹਿਲੇ ਗ੍ਰੰਥੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ ਕੀਤਾ ਗਿਆ ਸੀ ਹਨਾ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਲਿਖਿਆ ਗਿਆ ਹਨਾ ਸੋ ਇਹ ਗੱਲ ਹੈ 1600 ਤੇ 4 ਦੀ ਗੱਲ ਹੈ ਹਨਾ ਸੋ ਪ੍ਰਕਾਸ਼ ਕੀਤਾ ਗਿਆ ਸੀ ਸੋ ਬਾਬਾ ਬੁੱਢਾ ਜੀ ਨੇ ਜਿਹੜੇ ਪਹਿਲੇ ਗ੍ਰੰਥੀ ਰਹੇ ਨੇ ਆਪਣੇ ਹਨਾ ਸੋ ਭਾਈ ਗੁਰਦਾਸ ਤੁਹਾਨੂੰ ਪਤਾ ਹੀ ਹੈ ਜਿਹਨਾਂ ਨੇ ਲਿਖਿਆ ਹੈ ਔਰ ਭਾਈ ਲੈਣਾ ਜੀ ਤੁਹਾਨੂੰ ਪਤਾ ਹੀ ਹੈ ਜਿਹੜੇ ਇਹ ਕਿਸੇ ਗੁਰੂ ਦਾ ਨਾਮ ਹੈ ਪੁਰਾਣਾ ਨਾਮ ਹੈ ਤੁਸੀਂ ਦੱਸਣਾ ਕਿੰਨੇ ਗੁਰੂਆਂ ਦਾ ਨਾਮ ਹੈ ਭਾਈ ਲੈਣਾ ਅੱਛਾ ਭਾਰਤ ਦੇ ਦੱਖਣ ਵਿੱਚ ਕਿੱਥੇ ਜਿਹੜੀ ਕਿਹੜੀ ਰੁੱਤ ਨਹੀਂ ਹੁੰਦੀ ਭਾਰਤ ਦੇ ਦੱਖਣ ਵਿੱਚ ਦੱਖਣ ਦਾ ਮਤਲਬ ਪਤਾ ਕਿਹੜਾ ਹੈ ਦੇਖੋ ਜਿਵੇਂ ਆਹ ਵਾਲਾ ਦੱਖਣ ਆਪਣਾ ਆਹ ਵਾਲਾ ਹਨ ਇੱਥੇ ਕਿਹੜੀ ਰੁੱਤ ਨਹੀਂ ਹੁੰਦੀ ਹੁਣ ਤੁਸੀਂ ਆਪ ਦਾ ਅੱਜ ਲਾਓ ਵੀ ਤੇ ਸਮੁੰਦਰ ਨੇੜੇ ਆ ਵੀ ਇੱਥੇ ਗਰਮੈਸ਼ੀ ਬਹੁਤ ਪੈਂਦੀ ਹੈ ਹਨ ਸੋ ਇਹ ਦੇ ਕਰਕੇ ਇੱਥੇ ਜਿਹੜਾ ਮੌਸਮ ਹੈ ਉਹ ਸਪ੍ਰਿੰਗ ਰਹਿੰਦਾ ਮਤਲਬ ਨਾ ਬਹੁਤੀ ਠੰਡ ਤੇ ਨਾ ਬਹੁਤੀ ਗਰਮੀ ਸੋ ਇੱਥੇ ਜਿਹੜੀ ਸਰਦੀ ਆ ਉਹ ਦੇਖੋ ਨੂੰ ਨਹੀਂ ਮਿਲਦੀਗੀ ਘੱਟ ਹੁੰਦੀ ਹੈ ਓਕੇ ਸੋ ਕੋਈ ਇੱਥੇ بارش वगैरह ਹੁੰਦੀਆਂ ਨੇ ਨਾ ਮਤਲਬ ਐਜ਼ ਕੰਪੇਅਰ ਟੂ ਸਰਦੀ ਇੱਥੇ ਥੋੜੀ ਜੀ ਘੱਟ ਦੇਖਣ ਨੂੰ ਮਿਲਦੀ ਹੈ ਓਕੇ ਸੋ ਅੱਜ ਦਾ ਜਿਹੜਾ ਆਪਣਾ ਟੈਸਟ ਹੈ ਇਹ ਜਿਹੜਾ ਸਮੋਕ ਟੈਸਟ ਨੰਬਰ 16 ਠੀਕ ਹੈ ਇਹਦੇ ਵਿੱਚੋਂ ਆਈ ਹੋਪ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਹੋਊਗਾ ਹਨ ਸੋ ਇਸੇ ਤਰੀਕੇ ਨਾਲ ਸਿੱਖਦੇ ਰਹੋ ਔਰ ਨੰਬਰ ਆਫ ਕੁਐਸਚਨ ਦੀ ਥਾਂ ਤੇ ਤੁਸੀਂ ਕਨਸੈਪਟ ਕਲੀਅਰ ਕਰਿਆ ਕਰੋ ਕਨਸੈਪਟ ਨੂੰ ਡੀਪ ਡੀਪ ਵਿੱਚ ਜਾਣ ਦੀ ਕੋਸ਼ਿਸ਼ ਕਰਿਆ ਕਰੋ ਉਹ ਜਿਹੜੀ ਇਹਦੀ ਪੀਡੀਐਫ ਆ ਤੁਹਾਨੂੰ ਇਹ ਟੈਲੀਗ੍ਰਾਮ ਦੀ ਉੱਪਰ ਤੁਹਾਨੂੰ ਮਿਲ ਜੂਗੀ ਤੁਸੀਂ ਜੁਆਇਨ ਕਰ ਲਓ ਉਹਦਾ ਲਿੰਕ ਥੱਲੇ ਦਿੱਤਾ ਹੋਊਗਾ ਔਰ ਜਿਹੜਾ ਆਪਣਾ WhatsApp ਦਾ ਗਰੁੱਪ ਹੈ ਆਪਾਂ ਜਿਹੜੀ ਆਪਾਂ ਹੋਰ ਪੰਜਾਬ ਦੇ ਇਗਜ਼ਾਮ ਲਈ ਜੀਕੇ ਕਰਨੀ ਹੈ ਨਾ ਸੋ ਉਹਦੇ ਲਈ ਮੈਂ ਤੁਸੀਂ ਮੇਰੇ ਨਾਲ ਕਨੈਕਟ रह ਸਕਦੇ ਹੋ ਕੋਈ ਵੀ ਲਾਈਵ ਕਲਾਸ ਰੱਖਣੀ ਹੈ ਜਾਂ ਕਿਸੇ ਵੀਡੀਓ ਦਾ ਲਿੰਕ ਹੈ ਸੋ ਉਸ ਦੇ ਵਿੱਚ ਮੈਂ ਪਾ ਦੇ ਕਰੂੰਗਾ ਗਰੁੱਪ ਦੇ ਵਿੱਚ ਸ਼ੇਅਰ ਕਰ ਦਿਆ ਕਰੂੰਗਾ ਤੁਸੀਂ ਜਰੂਰ ਜੁਆਇਨ ਕਰ ਲਿਓ ਨੀਚੇ ਤੁਹਾਨੂੰ ਲਿੰਕ ਮਿਲ ਜੂਗਾ ਸੋ ਮਿਲਦੇ ਆਂ ਫਿਰ ਆਪਾਂ ਨੈਕਸਟ ਲੈਕਚਰ ਦੇ ਵਿੱਚ ਹਨਾ ਮੌਕ ਟੈਸਟ ਔਰ ਤੁਹਾਨੂੰ ਮੈਰਾਥਨ ਕਲਾਸ ਮਿਲ ਜੂਗੀ ਔਰ ਜਿਹੜੀ ਇਹ ਜਿਹੜਾ ਗਰੁੱਪ ਹੈ ਜਿਹੜਾ ਜਿਹੜਾ ਚੈਨਲ ਹੈ ਆਪਾਂ ਜੀਕੇ ਲਈ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਂਝਾ ਕਰ ਸਕਦੇ ਹੋ ਚਾਚੇ ਮਾਮੇ ਦੀਆਂ ਬੁੰਡੇ ਕੁੜੀਆਂ ਤੁਹਾਡੇ ਭੈਣ ਭਰਾ ਨੇ ਤੁਸੀਂ ਉਹਨਾਂ ਨੂੰ ਵੀ ਸ਼ੇਅਰ ਕਰ ਸਕਦੇ ਹੋ ਠੀਕ ਹੈ ਸੋ ਮਿਲਦੇ ਫਿਰ ਆਪਾਂ ਨੈਕਸਟ ਲੈਕਚਰ ਦੇ ਵਿੱਚ ਸਭ ਨੂੰ ਮੇਰੇ ਵੱਲੋਂ ਪਿਆਰ ਸਤਿ ਸ੍ਰੀ ਅਕਾਲ ਜੈ ਹਿੰਦ ਠੀਕ ਹੈ